ਆਉ ਸੁਣਦੇ ਆ ਸੁਜਾਨ ਸਿੰਘ ਦੀ ਲਿਖੀ ਹੋਈ ਕਹਾਣੀ ਕੁਲਫੀ ਮਹੀਨਾ ਮੁੱਕਨ ਤੇ ਸੀ ਪਰ ਮੁੱਕਣ ਵਿੱਚ ਨਹੀਂ ਸੀ ਆਉਂਦਾ ਸੋਚ ਰਿਆ ਸਾਂ ਮਹੀਨੇ ਦੇ ਪਹਿਲੇ ਅੱਧ ਦੇ 15 ਦਿਨ ਕਿਵੇਂ ਝੱਟਪਟ ਮੁੱਕ ਜਾਂਦੇ ਹਨ ਤੇ ਤਨਖਾਹ ਵੀ ਉਹਨਾਂ 15 ਦਿਨਾਂ ਦੇ ਨਾਲ ਕਿਵੇਂ ਉੱਡ-ਪੁੱਡ ਜਾਂਦੀ ਹੈ ਮੈਨੂੰ ਪੱਠੇ ਦੀ ਸਫ ਚੁੱਭ ਰਹੀ ਸੀ ਪਾਸਾ ਵਟ ਕੇ ਪਿੱਠ ਤੇ ਹੱਥ ਫੇਰਿਆ ਤਾਂ ਸਫ ਦੀਆਂ ਪਿੜੀਆਂ ਪਿੰਡਾਂ ਵਿੱਚ ਪਿੰਡੇ ਵਿੱਚ ਛੁਪੀਆਂ ਹੋਈਆਂ ਸਨ ਮਲਾਈ ਵਾਲੀ ਕੁਲਫੀ ਠੰਡੀ ਠਾਰਵਾਜ ਵਿੱਚ ਕੁਲਫੀ ਵਾਲੇ ਨੇ ਹੋਕਾ ਦਿੱਤਾ ਉਸ ਦੀ ਆਵਾਜ਼ ਕਿੰਨਾ ਚਿਰ ਮੇਰੇ ਕੰਨਾਂ ਵਿੱਚ ਗੂੰਜਦੀ ਰਹੀ ਚਿੱਟੀ ਦੁੱਧ ਕੁਲਫੀ ਸਕਾਰ ਮੇਰੀਆਂ ਅੱਖਾਂ ਸਾਹਮਣੇ ਨੱਚਣ ਲੱਗੀ ਮੇਰੇ ਮੂੰਹ ਵਿੱਚ ਪਾਣੀ ਆ ਗਿਆ ਪਰ ਮੈਂ ਬੇਵੱਸਾਂ ਪੈਸੇ ਦੀ ਤੰਗੀ ਹਵਾਲਾਤ ਦੀ ਤੰਗੀ ਤੋਂ ਵੀ ਭੈੜੀ ਹੁੰਦੀ ਹੈ ਮੈਂ ਆਪਣੇ ਦਿਲ ਦੀ ਚਾਹ ਤੋਂ ਬਚਣ ਲਈ ਕੁਲਫੀ ਸ਼ਬਦ ਦੀ ਬੰਤਰ ਤੇ ਵਿਚਾਰ ਕਰਨ ਦੀ ਆੜ ਲੈ ਲਈ ਕੁਫਲਦਾਰਤ ਹੁੰਦਾ ਜਿੰਦਰਾ ਸੁਨਿਆਰਿਆਂ ਨੇ ਗਹਿਣਿਆਂ ਵਿੱਚ ਇਸਨੂੰ ਲਾ ਕੇ ਕੁਫਲ ਦਾ ਕੁਲਫੀ ਬਣਾ ਦਿੱਤਾ ਕੁਲਫੀ ਨੂੰ ਵੀ ਟੀਨ ਦੇ ਸੱਚਿਆਂ ਵਿੱਚ ਬੰਦ ਕਰਕੇ ਜਮਾਇਆ ਜਾਂਦਾ ਇਸ ਲਈ ਕੁਲਫੀ ਤੇ ਇਦਾਂ ਹੌਲੀ-ਹੌਲੀ ਪਤਾ ਨਹੀਂ ਕਦੋਂ ਨੀਂਦ ਨੇ ਮੇਰਾ ਕੁਲਫੀ ਤੋਂ ਛੁਟਕਾਰਾ ਕਰ ਦਿੱਤਾ ਮੇਰੀ ਦੁਪਹਿਰ ਮਗਰੋਂ ਦੀ ਨੀਂਦ ਹਾਲੀ ਪੂਰੀ ਨਹੀਂ ਸੀ ਹੋਈ ਕਿ ਮੈਨੂੰ ਮੇਰੇ ਛੋਟੇ ਕਾਕੇ ਨੇ ਹਲੂਣ ਕੇ ਹੀ ਜਗਾ ਦਿੱਤਾ ਮੈਂ ਖਿਜਿਆ ਹੋਇਆ ਸਾਂ ਪਰ ਕਾਕੇ ਦੀ ਤੋਤਲੀ ਆਵਾਜ਼ ਨੇ ਮੈਨੂੰ ਸ਼ਾਂਤ ਕਰ ਦਿੱਤਾ ਦਾਜੀ ਕਿੰਨੀਆਂ ਅੱਜਾ ਮਾਰੀਆਂ ਜਾਗਦੇ ਹੀ ਨਹੀਂ ਤੁਸੀਂ ਹਾਂ ਹਾਂ ਤੂੰ ਕੀ ਕਹਿੰਨਾ ਹੈ ਦੱਸ ਵੀ ਮੈਂ ਕੁਝ ਕਾਲੇ ਪਹਿਕੇ ਪੁੱਛਿਆ ਤੱਕਾ ਇੱਕ ਤੱਕਾ ਦੇ ਉਧਾਜੀ ਪਰ ਤੱਕਾ ਮੇਰੇ ਕੋਲ ਹੈ ਨਹੀਂ ਸੀ ਮੇਰੇ ਕੋਲ ਅੱਜ ਕੁਝ ਵੀ ਨਹੀਂ ਸੀ ਜੂਨ ਦੀ 26 ਤਰੀਕ ਸੀ ਘਰ ਦਾ ਖਰਚ ਬਾਜ਼ਾਰ ਦੀ ਉਧਾਰ ਦੀ ਸਾਖ ਤੇ ਮਸੀਤੁਰ ਰਿਹਾ ਸੀ ਤੱਕਾ ਦਿਓ ਵੀ ਨਾ ਦਾਜੀ ਬਾਰ ਮੁਰਮਰੇ ਵਾਲਾ ਉੱਚੀ ਉੱਚੀ ਸਾਡੇ ਬੂਹੇ ਅੱਗੋਂ ਹੋ ਕੇ ਦੇ ਰਿਹਾ ਸੀ ਕੋਈ ਜਵਾਬ ਸੋਚਣ ਵਾਸਤੇ ਸਮਾਂ ਕੱਢਣ ਲਈ ਮੈਂ ਕਿਹਾ ਕਾਕਾ ਤੂੰ ਟੱਕਾ ਕੀ ਕਰਨਾ ਹੈ ਖੱchnੇ ਮੈਂ ਟੱਕਾ ਹੋਰ ਕੀ ਕਰੀਦਾ ਤੱਕੇ ਨੂੰ ਮੈਨੂੰ ਪਤਾ ਏ ਕਿ ਪਹਿਲੇ ਜੰਗ ਤੋਂ ਮਗਰੋਂ ਜਦੋਂ ਬੜੀ ਮਹਿੰਗਾਈ ਹੋਈ ਸੀ ਤਾਂ ਸਾਨੂੰ ਢੇਲਾ ਖਰਚਣ ਨੂੰ ਮਿਲਦਾ ਸੀ ਤੇ ਢੇਲੇ ਦੇ ਮਸੱਦੀराम ਤੋਂ ਲਿਆਂਦੇ ਹੋਏ ਛੋਲੇ ਮੁੱਕਣ ਵਿੱਚ ਨਹੀਂ ਸੀ ਆਉਂਦੇ ਹੁਣ ਆਨੇ ਦੇ ਵੀ ਉਹਨੇ ਸ਼ੋਲੇ ਨਹੀਂ ਸਨ ਮਿਲ ਸਕਦੇ ਤੇ ਆਮਦਨ ਮੇਰੀ ਮੇਰੇ ਪਿਤਾ ਜੀ ਦੀ ਆਮਦਨ ਦੇ ਪਾਸ ਕੁ ਵੀ ਨਹੀਂ ਸੀ ਹਾਲਾਂਕਿ ਮੇਰੀ ਪੜ੍ਹਾਈ ਤੇ ਮੇਰੇ ਪਿਤਾ ਦੀ ਪੜ੍ਹਾਈ ਤੋਂ ਕਾਫੀ ਵੱਧ ਸੀ ਪਰ ਮੈਂ ਦੁਨੀਆ ਦੀ ਆਰਥਿਕ ਦਸ਼ਾ ਤੇ ਇਸ ਦਸ਼ਾ ਨੂੰ ਬਣਾਉਣ ਵਾਲੇ ਤੇ ਕਾਇਮ ਰੱਖਣ ਵਾਲੇ ਧਨ ਕੁਬੇਰਾ ਤੇ ਵਿਚਾਰ ਵੀ ਕਰਨ ਲੱਗ ਪਿਆ ਬਾਹਰੋਂ ਫੇਰ ਮੁਰਮਰਾ ਸ਼ੋਲੇ ਦਾ ਹੁੱਕਾ ਗੂੰਜਿਆ ਤੇ ਨਾਲ ਹੀ ਕਾਕੇ ਆਖਿਆ ਤੱਕਾ ਦਿਓ ਵੀ ਨਾ ਦਾਜੀ ਟੱਕਾ ਟੇੜਾ ਹੁੰਦਾ ਮੈਂ ਹਾਲਾਤ ਤੋਂ ਪੈਦਾ ਹੋਈ ਬਾਦ ਹਵਾਸੀ ਜਈ ਵਿੱਚ ਗਿਆ ਹੂੰ ਟੱਕਾ ਵੀ ਕਦੇ ਪੈੜਾ ਹੁੰਦਾ ਦਾਜੀ ਟੱਕੇ ਦਾ ਮੁਰਮਰਾ ਆਉਂਦਾ ਹੈ ਮੁਰਮਰਾ ਪੈੜਾ ਹੁੰਦਾ ਮੈਂ ਆਖਿਆ ਤੇ ਬਾਕੀ ਗੱਲ ਹਲੇ ਮੇਰੇ ਮੂੰਹ ਵਿੱਚ ਹੀ ਸੀ ਕਿ ਕਾਕੇ ਨੇ ਕਿਹਾ ਮੁਰਮਰਾ ਤੇ ਮਿੱਠਾ ਹੁੰਦਾ ਇਸ ਦਲੀਲ ਦਾ ਮੇਰੇ ਕੋਲ ਕੋਈ ਉੱਤਰ ਨਹੀਂ ਸੀ ਮੈਂ ਵੀ ਮਿੱਠੇ ਦਾ ਲੋਭੀ ਹਾਂ ਪਰ ਫਿਰ ਵੀ ਆਪਣੀ ਫੋਕੀ ਹਕਮਤ ਜਣਾਉਂਦਿਆਂ ਕਿਹਾ ਮੁਰਮਰੇ ਨਾਲ ਖੰਗ ਲੱਗ ਜਾਂਦੀ ਹੈ ਬੱਚੂ ਤੁਸੀਂ ਟੱਕਾ ਦੇ ਦਿਓ ਮੈਨੂੰ ਨਹੀਂ ਲੱਗਦੀ ਲੁਗ ਦੀ ਖੰਗ ਮੁੰਡਾ ਮੱਛਰ ਦਾ ਜਾਪਦਾ ਸੀ ਟੱਕਾ ਮੇਰੇ ਕੋਲ ਹੈ ਨਹੀਂ ਸੀ ਮੈਂ ਕਾਕੇ ਨੂੰ ਟਾਲਣ ਲਈ ਉਸ ਨੂੰ ਪਤਾ ਨਹੀਂ ਕਿਉਂ ਕਹਿ ਦਿੱਤਾ ਖਬਰੇ ਵੱਡਾ ਲੋਭ ਦੇ ਕੇ ਭਲਾਉਣ ਲਈ ਮੁਰਮਰਾ ਗੰਦਾ ਹੁੰਦਾ ਅਸੀਂ ਸ਼ਾਮੀ ਬਾਜ਼ਾਰੋਂ ਕੁਲਫ਼ੀ ਖਾਵਾਂਗੇ ਮੁਰਮਰੇ ਛੋਲੇ ਵਾਲਾ ਹੁਣ ਟਲ ਚੁੱਕਾ ਸੀ ਕਾਕਾ ਵੀ ਮੇਰੀ ਆਸ ਤੋਂ ਉਲਟ ਕੁਲਫ਼ੀ ਖਾਣੀ ਮੰਨ ਗਿਆ ਸਮਝਿਆ ਬਲਾਟ ਲਈ ਮੈਂ ਸੋਚਿਆ ਕਿਤੇ ਕੋਈ ਹੋਰ ਛਾਬੜੀ ਵਾਲਾ ਨਾ ਆ ਜਾਵੇ ਸੋ ਮੈਂ ਕੱਪੜੇ ਪਾ ਕੇ ਕੜਕ ਦੀ ਧੁੱਪ ਵਿੱਚ ਬਾਹਰ ਨਿਕਲ ਗਿਆ ਤੇ ਸੜਕਾਂ ਤੇ ਸਮਾਂ ਕਤਲ ਕਰਦਾ ਰਿਹਾ ਕੀਮਤੀ ਸਮਾਂ ਮੈਂ ਇੱਕ ਟਕੇ ਦੀ ਮੰਗ ਤੋਂ ਬਚਣ ਲਈ ਨਾਸ ਕਰਦਾ ਰਿਹਾ ਸਾਂ ਮੈਂ ਆਪਣੇ ਮਾਲਕ ਨੂੰ ਕਿਉਂ ਨਹੀਂ ਕਹਿੰਦਾ ਕਿ ਮੇਰਾ ਇੰਨੇ ਵਿੱਚ ਗੁਜ਼ਾਰਾ ਨਹੀਂ ਹੁੰਦਾ ਪਰ ਸੁਣੇਗਾ ਕੌਣ ਇਕੱਲੇ ਦੀ ਆਵਾਜ਼ ਭਾਵੇਂ ਕਿੰਨੀ ਵੀ ਉੱਚੀ ਹੋਵੇ ਸੁਣੀ ਨਹੀਂ ਜਾਂਦੀ ਲੋੜਵੰਦ ਇਕੱਠੇ ਹੋ ਨਹੀਂ ਸਕਦੇ ਜੇ ਹੋ ਜਾਣ ਤਾਂ ਰਹਿਣ ਨਹੀਂ ਦਿੱਤੇ ਜਾਂਦੇ ਤਾਂ ਜੋ ਮੰਗ ਨਾ ਇਕੱਠੀ ਕਰ ਦੇਣ ਮੰਗ ਕੀਤੀਆਂ ਕਈ ਵਾਰੀ ਨੌਕਰੀਆਂ 'ਚ جواب ਵੀ ਦੇ ਦਿੱਤਾ ਜਾਂਦਾ ਹੈ। ਸੋ ਮੈਂ ਡਰ ਗਿਆ। ਬੇਰੋਜ਼ਗਾਰੀ ਦੇ ਭਿਆਨਕ ਭਵਿੱਖ ਨੇ ਮੈਨੂੰ ਕੰਬਾ ਦਿੱਤਾ। ਕਾਇਰਾਂ ਵਾਂਗ ਮੈਂ ਸਦਾ ਤੋਂ ਚੁੱਪ ਰਿਆ ਸਾਂ ਤੇ ਹੁਣ ਵੀ ਚੁੱਪ ਰਹਿਣ ਦਾ ਫੈਸਲਾ ਕੀਤਾ। ਸ਼ਾਮੀ ਇਹ ਸਮਝ ਕੇ ਕਿ ਕਾਕਾ ਛੇਤੀ ਸੌਂ ਜਾਂਦਾ ਹੈ, ਮੈਂ ਦੱਬੀ ਪੈਰੀ ਘਰ ਪਹੁੰਚ ਗਿਆ। ਆਵਾਜ਼ ਨਾ ਮਾਰੀ, ਕੇਵਲ ਕੁੰਡਾ ਹੀ ਖੜਕਾਇਆ ਤੇ ਉੱਤੋਂ ਆਵਾਜ਼ ਆਈ। ਦਾਜੀ ਆਇਆ ਜੇ। ਤੇ ਥੋੜੇ ਚਿਰ ਮਗਰੋਂ ਕਾਕੇ ਨੇ ਆਣ ਬੁਆ ਖੋਲਿਆ। ਦਾਜੀ, ਕੁਲਫੀ ਖਾਣ ਜਾਣਾ ਜੇ। ਉਸਨੇ ਆਸਪੁਰਪੁਰ ਲੇਜੇ ਵਿੱਚ ਪੁੱਛਿਆ ਉੱਤੇ ਚੱਲ ਉੱਤੇ ਮੈਂ ਕਿਹਾ ਕਾਕਾ ਨੀ ਮੋਚਣਾ ਹੋ ਕੇ ਅੱਗੇ ਲੱਗ ਤੁਰਿਆ ਮੰਜੇ ਤੇ ਬੈਠ ਕੇ ਕਾਕੇ ਨੂੰ ਗੋਦ ਵਿੱਚ ਲੈ ਕੇ ਮੈਂ ਪਿਆਰ ਨਾਲ ਕਿਹਾ ਹੁਣ ਰਾਤ ਪੈ ਗਈ ਐ ਕੁਲਫੀ ਕੱਲ ਖਾਵਾਂਗੇ ਮਾਮਲੇ ਤੋਂ ਉਲਟ ਕਾਕਾ ਚੋਪਰਿਆ ਕਿੰਨਾ ਚਰਸਮਾਨ ਵਾਲ ਤੱਕ ਕੇ ਕੁਝ ਸੋਚਦਾ ਰਿਹਾ ਫੇਰ ਆਖਣ ਲੱਗਾ ਦਾਜੀ ਤਾਰੇ ਪਈਏ ਹੁੰਦੇ ਨੇ ਨਾ ਵੱਡਾਪਾ ਆਖਦਾ ਸੀ ਕਿ ਤਾਰੇ ਪਈਏ ਹੁੰਦੇ ਨੇ ਦਾਜੀ ਤੇ ਸਾਰੇ ਪਈ ਸਾਡੇ ਕੋਥੇ ਤੇ ਕਿਉਂ ਨਹੀਂ ਵਰ ਪੈਂਦੇ ਮੈਂ ਇਹ ਆਕੇ ਕਿ ਤਾਰੇ ਰੁਪਈਏ ਨਹੀਂ ਹੁੰਦੇ ਮਾਨੋ ਉਸ ਦਾ ਸੁਰਗੀ ਢਾ ਛੱਡਿਆ ਉਹ ਮੰਜੇ ਤੇ ਲੇਟ ਗਿਆ ਤੇ ਅਸਮਾਨਵਾਲ ਦੇਖਦਾ ਆਖਰ ਸੌ ਹੀ ਗਿਆ ਦੂਸਰੇ ਦਿਨ ਕੰਮ ਤੇ ਮੈਂ ਆਪਣੇ ਸਾਥੀਆਂ ਤੋਂ ਕੁਝ ਮੰਗਣ ਦੀ ਕੋਸ਼ਿਸ਼ ਕਰਦਾ ਰਿਹਾ ਪਰ ਹੀਆਂ ਨਹੀਂ ਸੀ ਪੈਂਦਾ ਮੰਗਣਾ ਬਹੁਤ ਔਖਾ ਕੰਮ ਹੈ ਮੌਤ ਜਿੰਨਾ ਦੁੱਖ ਹੁੰਦਾ ਮੰਗਣ ਵਿੱਚ ਆਖਰ ਇੱਕ ਸਾਥੀ ਕੋਲ 3 ਰੁਪਏ ਲੈ ਹੀ ਲਏ ਜਦ ਕਾਰ ਆਇਆ ਤਾਂ ਕਾਕਾ ਦੁਪਹਿਰ ਦੀ ਨੀਂਦ ਲੈ ਰਿਹਾ ਸੀ ਰੋਟੀ ਖਵਾਉਂਦਿਆਂ ਸ਼੍ਰੀਮਤੀ ਜੀ ਨੇ 3 ਰੁਪਏ ਮੁੱਚ ਲਏ ਅੱਧ ਮੰ ਲੱਕੜੀਆਂ ਸ਼ਾਮ ਦੀ ਸਬਜੀ ਲੂਣ ਤੇਲ ਆਦ ਕਾਕੇ ਦੇ ਜਾਗਣ ਤੋਂ ਪਹਿਲਾਂ 3 ਰੁਪਏ ਮੁੱਕ ਗਏ ਮੈਂ ਕਿਹਾ ਵੀ ਕਾਕੇ ਨੂੰ ਕੁਲਫੀ ਖਵਾਉਣੀ ਹੈ ਪਰ ਉਹਨਾਂ ਕਹਿ ਛੱਡਿਆ ਬੜਾ ਨੂੰ ਯਾਦ ਰਹਿਣਾ ਮੈਂ ਟੱਕਾ ਦੇ ਛੱਡਾਂਗੀ ਮੁਰਮਰੇ ਲਈ ਕਾਕੇ ਜਾਗਦਿਆਂ ਹੀ ਕੁਲਫੀ ਮੰਗੀ ਚੀਕ ਚਿਹਾੜਾ ਪੈ ਗਿਆ ਕੱਲ ਵਾਲਾ ਮੁਰਮਰਾ ਤੇ ਟੱਕਾ ਨਹੀਂ ਸਨ ਮਨਜ਼ੂਰ ਆਖਰ ਸ਼ਾਮ ਨੂੰ ਕੁਲਫੀ ਖਵਾਉਣ ਦਾ ਵਾਅਦਾ ਕਰਕੇ ਛਟਕਾਰਾ ਪਾਇਆ ਤੇ ਕਾਕੇ ਨੇ ਟੱਕਾ ਮੇਰੇ ਕੋਲ ਜਮਾ ਕਰਵਾ ਦਿੱਤਾ ਸ਼ਾਮ ਤੋਂ ਪਹਿਲਾਂ ਹੀ ਮੈਂ ਖੇਡਣ ਦਾ ਬਹਾਨਾ ਲਾ ਕੇ ਨਿਕਲ ਗਿਆ ਤੇ ਢੇਰ ਰਾਤ guzri ਮੁੜਿਆ ਕਾਕੇ ਨੂੰ ਸੁੱਤਾ ਦੇਖ ਕੇ ਸਾਹ ਵਿੱਚ ਸਾਹ ਲਿਆ ਰੋਟੀ ਖਵਾਉਂਦਿਆਂ ਸ਼੍ਰੀਮਤੀ ਜੀ ਨੇ ਦੱਸਿਆ ਕਿ ਕਾਕਾ ਬੜਾ ਆਚਰ ਮੈਨੂੰ ਉਡੀਕਦਾ ਰਿਹਾ ਸੀ ਮੈਂ ਕਾਕੇ ਦੇ ਨਾਲ ਲੰਮਾ ਪਿਆ ਬੜਾ ਬੇਚੈਨ ਰਿਹਾ ਨੀਂਦ ਆਉਂਦੀ ਨਹੀਂ ਸੀ ਪਰ ਆਖਰ ਪਤਾ ਨਹੀਂ ਕਦੋਂ ਆ ਗਈ ਨੀਂਦ त्याਗਦੇ ਨੇ ਸੂਲਾਂ ਤੇ ਵੀ ਆ ਜਾਂਦੀ ਐ ਅੱਧੀ ਰਾਤ ਮਗਰੋਂ ਦਾ ਵੇਲਾ ਸੀ ਕਾਕਾ ਕੁਝ ਸੁੱਤਾ ਬੇਚੈਨ ਜਾਪਦਾ ਸੀ ਉਸ ਦੋ ਤਿੰਨ ਵਾਰੀ ਢਿੱਡ ਵਿੱਚ ਲੱਤਾਂ ਮਾਰੀਆਂ ਸਨ ਹੁਣ ਉਸ ਬਾਹ ਉਲਟਾ ਕੇ ਮੇਰੇ ਮੂੰਹ ਤੇ ਮਾਰੀ ਜਾਗਿਆ ਤਾਂ ਮੈਂ ਅੱਗੇ ਹੀ ਹੋਇਆ ਸੀ ਹੁਣ ਚੇਤਨ ਹੋ ਗਿਆ ਕਾਕਾ ਕੁਝ ਬੁੜਬੜਾਇਆ ਮੈਨੂੰ ਕੁਝ ਪਤਾ ਨਾ ਲੱਗਾ ਫਿਰ ਉੱਚੀ ਬੁੜਬੜਾਇਆ ਕਫੀ ਕਫੀ ਦਾਜੀ ਕਫੀ ਮੈਂ ਬੇਬਲ ਉਠਿਆ ਸਰਦਾਰ ਜੀ ਜਾਗਦੇ ਹੋ ਸ਼੍ਰੀਮਤੀ ਜੀ ਨੇ ਆਖਿਆ ਤੇ ਇਹ ਜਾਣ ਕੇ ਕਿ ਮੈਂ ਜਾਗਦਾ ਹਾਂ ਉਸ ਜਾਰੀ ਰੱਖਿਆ ਖਸਮਾ ਖਾਣਾ ਸੁੱਤਾ ਪਿਆ ਵੀ ਕੁਲਫ਼ੀਆਂ ਮੰਗਦਾ ਮੇਰੇ ਤੇ ਮਨ ਨੂੰ ਬਿਜਲੀ ਪੈ ਗਈ ਸੀ ਮੈਂ ਚੁੱਪ ਰਿਆ ਤੇ ਕਾਕਾ ਵੀ ਚੁੱਪ ਹੋ ਗਿਆ ਸਵੇਰੇ ਜਾ ਕੇ ਕਾਕੇ ਕੁਲਫ਼ੀ ਦੀ ਮੰਗ ਕੋਈ ਨਾ ਕੀਤੀ ਮੇਰੇ ਕੰਮ ਤੋਂ ਮੁੜ ਕੇ ਆਉਂਦਿਆਂ ਵੀ ਉਸ ਮੇਥੋਂ ਕੁਝ ਨਾ ਮੰਗਿਆ ਰੋਟੀ ਖਾ ਕੇ ਮੈਂ ਦੁਪਹਿਰ ਦੀ ਨੀਂਦ ਲੈਣ ਲਈ ਲੇਟ ਗਿਆ ਉਸ ਚੁੱਬਣ ਵਾਲੀ ਸਾਫੁੱਤੇ ਅਤੇ ਹੁਦਾਰਨਾ ਲੈ ਸਕਣ ਦੀ ਅਸਫਲਤਾ ਤੇ ਝੂੜਦਾ ਰਿਆ ਫਿਰ ਮੈਨੂੰ ਨੀਂਦ ਆ ਗਈ ਮੇਰੀ ਨੀਂਦ ਹਾਲੇ ਅੱਧਾਟੇ ਹੀ ਸੀ ਕਿ ਗਲੀ ਵਿੱਚ ਕਿਸੇ ਕੁਲਫੀ ਵਾਲੇ ਨੇ ਹੋਕਾ ਦਿੱਤਾ ਠੰਡੀ ਠਾਰ ਕੁਲਫੀ ਮਜ਼ੇਦਾਰ ਕੁਲਫੀ ਮੈਂ ਜਾਗ ਪਿਆ ਕਾਕਾ ਮੇਰੇ ਲਾਗੇ ਰਬੜ ਦੀ ਪਾਟੀ ਬੱਤਖ ਨਾਲ ਖੇਡ ਰਿਆ ਸੀ ਕਾਕਾ ਮੇਰੇ ਲਾਗੇ ਰਬੜ ਦੀ ਪਾਟੀ ਬੱਤਖ ਨਾਲ ਖੇਡ ਰਿਆ ਸੀ ਦੂਸਰੀ ਆਵਾਜ਼ ਤੇ ਉਸਦੇ ਕੰਨ ਖੜੇ ਹੋ ਗਏ ਬੱਤਖ ਨੂੰ ਸੁੱਟ ਕੇ ਉਹ ਖੜਾ ਹੋਇਆ ਬੂਹੇ ਲਾਗੇ ਜਾ ਕੇ ਉਹ ਖੜਾ ਹੋ ਕੇ ਬਾਹਰ ਦੇਖਣ ਲੱਗ ਪਿਆ ਮੈਂ ਸੋਚਿਆ ਕਿ ਹੁਣ ਮੈਨੂੰ ਜਗਾਉਣ ਆਊਗਾ ਪਰ ਉੱਥੇ ਖੜੁੱਤਾ ਰਿਆ ਫਿਰ ਉਹ ਬਾਹਰ ਤੁਰ ਗਿਆ ਮੈਂ ਛੋਪਲੀ ਛੋਪਲੀ ਉੱਠ ਕੇ ਬੂਹੇ ਉੱਲੀ ਆਖ ਲੋਤਾ ਕੁਲਫੀ ਵਾਲਾ ਸਾਹਮਣੇ ਸ਼ਾਹ ਜੀ ਦੇ ਲੜਕੇ ਨੂੰ ਸੱਦ ਕੇ ਕੁਲਫੀ ਕੱਢ ਕੇ ਦੇਣ ਦੇ ਆਰ ਵਿੱਚ ਸੀ ਇਹ ਮੁੰਡਾ ਗਲੀ ਦਾ ਬੁਲੀ ਸੀ ਤੇ ਆਪਣੇ ਤੋਂ ਛੋਟਿਆ ਮੁੰਡਿਆਂ ਨੂੰ ਸਦਾ ਕੁੱਟਿਆ ਕਰਦਾ ਸੀ ਇਹ ਕੋਈ 8 ਕ ਵਰਿਆਂ ਦਾ ਸੀ ਤੇ ਸਾਡੇ ਕਾਕੇ ਤੋਂ 3 ਸਾਲ ਵੱਡਾ ਸੀ ਕਾਕਾ ਸਪਨਿਆ ਵਾਂਗ ਲੱਤਾ ਚੌੜੀਆਂ ਕਰਕੇ ਲੱਕ ਪਿੱਛੇ ਹੱਥ ਜੋੜੀ ਖੜਾ ਸੀ। ਕੁਲਫੀ ਵਾਲੋ ਗੋਹ ਨਾਲ ਦੇਖ ਰਿਹਾ ਸੀ। ਪਰ ਉਸ ਕੋਲ ਪਰ ਉਸ ਭਾਈ ਕੋਲ ਕੁਲਫੀ ਨਹੀਂ ਸੀ ਮੰਗੀ। ਜਿਉਂ ਹੀ ਕੁਲਫੀ ਵਾਲੇ ਨੇ ਸ਼ਾਹਾ ਦੇ ਮੁੰਡੇ ਦੇ ਹੱਥ ਤੇ ਕੁਲਫੀ ਦੀ ਪਲੇਟ ਰੱਖੀ। ਕਾਕਾ ਤੁੱਸ ਦੇ ਕੇ ਉਹਨੂੰ ਪੈ ਗਿਆ। ਆ ਗਈ ਪਲੇਟ ਤੇ ਆ ਗਈ ਕੁਲਫੀ। ਫਲੂਦਾ ਤੇ ਚਮਚਾ ਤੇ ਮੋਰੀ ਵਿੱਚ ਜਾ ਡਿੱਗਾ ਸ਼ਾਹਾ ਦਾ ਮੁੰਡਾ। ਕਿਸੇ ਜੇਤੂ ਵਾਂਗ ਕਾਕਾ ਉਸ ਵੱਲ ਦੇਖਦਾ ਰਿਹਾ। ਸ਼ਾਹਾਂ ਦਾ ਮੁੰਡਾ ਗੁੱਸਾ ਖਾ ਕੇ ਉੱਠਿਆ ਕੁਲਫੀ ਦਾ ਨੁਕਸਾਨ ਤੇ ਉਸ ਦੀ ਆਪਣੀ ហេਠੀ ਉਸ ਨੂੰ ਜਿਵੇਂ ਨਵਾਂ ਜੋਸ਼ ਦੇ ਰਹੀ ਸੀ ਜਿਉਂ ਹੀ ਉੱਠਿਆ ਕਾਕੇ ਨੇ ਫੇਰ ਉਸ ਨੂੰ ਅਸੀ ਟੱਡ ਮਾਰੀ ਕਿ ਉਹ ਮੋਰੀ ਵਿੱਚ ਜਾ ਡਿੱਗ ਪਿਆ ਤੇ ਚੀਕਾਂ ਮਾਰਨ ਲੱਗਾ ਕੁਲਫੀ ਵਾਲਾ ਕਾਕੇ ਨੂੰ ਚਪੇੜ ਲੈ ਕੇ ਪਿਆ ਮੈਂ ਨੱਸ ਕੇ ਕਾਕੇ ਨੂੰ ਚੁੱਕ ਲਿਆ ਕੁਲਫੀ ਵਾਲੇ ਨੇ ਸ਼ਾਹਾਂ ਦੇ ਮੁੰਡੇ ਨੂੰ ਉਠਾ ਲਿਆ ਸ਼ਾਣੀ ਜੋ ਕਿਸੇ ਦਾ ਕੋਈ ਔਲਾੰਬਾ ਨਹੀਂ ਸੀ ਸੁਣਦੀ ਅੱਜ ਸਾਡੇ ਔਲਾੰਬਾ ਦੇਣ ਆਈ ਕਾਕੇ ਦਾ ਸਰੀਰ ਭਖ ਰਿਹਾ ਸੀ ਸ਼੍ਰੀਮਤੀ ਨੇ ਕਿਹਾ ਆ ਖਸਮਾ ਖਾਣਿਆ ਤੂੰ ਲੱਗਾ ਹੁਣੇ ਲਾਂਬੇ ਲਿਉਣ ਤੇ ਮਾਰਨ ਲਈ ਚਪੇੜੋ ਘਾਰੀ ਮੈਂ ਕਿਹਾ ਕੁਝ ਵੰਡਸ ਦੇਣੇ ਕਾਇਰ ਪਿਓ ਦੇ ਕਰ ਬਾਦਰ ਮੁੰਡਾ ਜੰਮਿਆ ਧੰਨਵਾਦ